ਆ ਸਾਹਮਣੇ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਸਾਹਮਣੇ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਦੇ ਵਿੱਚ ਬੈਠੇ ਨੇ, ਦਰਬਾਰ ਦੇ ਵਿੱਚ ਬੈਠੇ ਤੇ ਕੁਛ ਪਠਾਨ ਕੋਲ ਆ ਕੇ ਖੜੇ ਹੋ ਗਏ ਤੇ ਸਾਹਿਬ ਨੇ ਸਿੱਖਾਂ ਨੂੰ ਪੁੱਛਿਆ ਕਿ ਪੁੱਛੋ ਪਠਾਣਾਂ ਨੂੰ ਕਿਸ ਮਕਸਦ ਦੇ ਨਾਲ ਆਏ ਨੇ, ਕਿਸ ਮਕਸਦ ਦੇ ਨਾਲ ਆਏ। ਤੇ ਪਠਾਣਾ ਨੇ ਬੇਨਤੀ ਲਾਈ, ਕਹਿੰਦੇ ਤੇਰੀ ਰਹਿਮਤ ਲੈਣ ਵਾਸਤੇ ਆਏ ਹਾਂ। ਆਖੋ ਸਤਨਾਮ, ਤੇਰੀ ਰਹਿਮਤ ਲੈਣ ਵਾਸਤੇ। ਸਾਹਿਬ ਨੇ ਉਹਨਾਂ ਪਠਾਣਾਂ ਨੂੰ ਅੱਗੇ ਬੁਲਾਇਆ, ਜਿਹੜਾ ਮੁਖੀ ਸੀ ਉਹਨੂੰ ਪੁੱਛਿਆ ਤੇਰਾ ਨਾਂ ਕੀ? ਕਹਿੰਦਾ ਜੀ ਮੇਰਾ ਨਾਮ ਇਸਮਾਇਲ ਖਾਨ। ਅੱਛਾ, ਕੀ ਕਰਦੇ ਹੋ? ਕਹਿੰਦੇ ਮਹਾਰਾਜ ਤੱਕੜੀ ਤੋੜਨੀ ਤਾਂ ਸਾਨੂੰ ਆਉਂਦੀ ਨਹੀਂ, ਹੱਲ ਵਾਹਣੇ ਤਾਂ ਸਾਨੂੰ ਆਉਂਦੇ ਨਹੀਂ। ਕਹਿੰਦੇ ਅਸੀਂ ਸੂਰਮੇ ਹੁੰਦੇ ਹਾਂ, ਸੈਨਾ ਦੇ ਵਿੱਚ ਭਰਤੀ ਹੋ ਜਾਂਦੇ ਹਾਂ ਅਤੇ ਤਨਖਾਹਾਂ ਦੇ ਨਾਲ ਗੁਜ਼ਾਰਾ ਕਰਦੇ, ਇੱਥੇ ਕਿਉਂ ਆਏ ਹੋ? ਕਹਿੰਦੇ ਮਹਾਰਾਜ ਤੁਹਾਡੀ ਸ਼ਰਨ ਤੱਕੀ ਹੈ, ਤੁਹਾਡੀ ਸੈਨਾ ਦੇ ਵਿੱਚ ਪਨਾਹ ਮਿਲ ਜਾਵੇ ਅਤੇ ਸਾਡੇ ਗਰੀਬਾਂ ਦਾ ਵੀ ਕੁਝ ਬਣ ਜਾਏ। ਸਾਹਿਬ ਨੇ ਝਾਤ ਮਾਰੀ ਉਹਨਾਂ ਪਠਾਣਾਂ ਦੇ ਵਿੱਚ, ਇੱਕ ਚੜ੍ਹਦੀ ਉਮਰ ਦਾ ਬੱਚਾ ਸੀ ਜਿਹਦੀ ਤਕਰੀਬਨ 14-15 ਸਾਲ ਦੀ ਉਮਰ। ਅਤੇ ਸਾਹਿਬ ਨੇ ਕਿਹਾ ਇਸਮਾਇਲ ਇਹਦਾ ਨਾਂ ਕੀ ਹੈ? ਕਹਿੰਦਾ ਮਹਾਰਾਜ ਇਹ ਮੇਰਾ ਭਾਂਜਾ ਹੈ ਪੈਂਦੇ ਖਾਂ। ਜਾਂਦੇ ਨਾ, ਇਹ ਮੇਰਾ ਭਾਂਜਾ ਹੈ ਪੈਂਦੇ। ਕਹਿੰਦੇ ਬਾਕੀ ਤਾਂ ਹੋਰ ਕੋਈ ਰਵੇ ਨਾ ਰਵੇ, ਆਹ ਜ਼ਰੂਰ ਸਾਡੇ ਕੋਲ ਰਹੇਗਾ। ਆਖੋ ਸਤਨਾਮ, ਇਹ ਬੱਚਾ ਸਾਡੇ ਕੋਲ ਜ਼ਰੂਰ ਰਹੇਗਾ। ਰੱਖ ਲਿਆ ਗਿਆ ਅਤੇ ਇਤਿਹਾਸ ਦੇ ਵਿੱਚ ਲਿਖਿਆ ਪੈਂਦੇ ਖਾਂ ਅਤੇ ਉਹਦੇ ਦੋ ਤਿੰਨ ਹੋਰ ਦੋਸਤਾਂ ਨੂੰ ਸਾਹਿਬ ਨੇ ਵਿਸ਼ੇਸ਼ ਨਿਗਰਾਨੀ ਦੇ ਵਿੱਚ ਉਹਨਾਂ ਦੀ ਪਰਵਰਿਸ਼ ਕੀਤੀ। ਵਿਸ਼ੇਸ਼ ਨਿਗਰਾਨੀ 'ਚ ਦੋ ਮੱਝਾਂ ਦਾ ਦੁੱਧ ਖਾਲੀ ਪੈਂਦੇ ਖਾਂ ਵਾਸਤੇ ਨਿਯੁਕਤ ਕੀਤਾ ਗਿਆ। ਦੋ ਮੱਝਾਂ ਦਾ ਦੁੱਧ ਕਿ ਇਹਨੂੰ ਦਿਓ, ਇਹਦੀ ਖੁਰਾਕ ਤਗੜੀ ਕਰੋ, ਇਹਦਾ ਸਰੀਰ ਬਲਵਾਨ ਕਰੋ। ਵੱਡੇ ਵੱਡੇ ਮਹਾਰਥੀ ਸਿਖਾਉਣ ਵਾਲੇ ਉਹਦੇ 'ਤੇ ਲਾ ਦਿੱਤੇ। ਤੀਰ ਅੰਦਾਜ਼ੀ ਦੇ ਵਿੱਚ ਪੈਂਦੇ ਖਾਂ ਕਰਿੰਦਾ ਬਣਦਾ ਗਿਆ, ਸ਼ਸਤਰ ਵਿੱਦਿਆ ਦੇ ਵਿੱਚ ਪੈਂਦੇ ਖਾਂ ਕਰਿੰਦਾ ਬਣਦਾ ਗਿਆ, ਘੋੜਸਵਾਰੀ ਦੇ ਵਿੱਚ ਪੈਂਦੇ ਖਾਂ ਕਰਿੰਦਾ ਬਣਦਾ ਗਿਆ, ਕੁਸ਼ਤੀ ਦੇ ਵਿੱਚ ਪੈਂਦੇ ਖਾਂ ਕਰਿੰਦਾ ਬਣਦਾ ਗਿਆ। ਕਹਿੰਦੇ ਜਦੋਂ ਜਵਾਨ ਹੋਇਆ, ਚੰਗਾ ਉੱਚਾ ਹੱਟਾ ਕੱਟਾ ਤਗੜਾ ਸਰੀਰ ਇਹਦਾ, ਅਤੇ ਇਤਿਹਾਸ 'ਚ ਲਿਖਿਆ ਇੰਨਾ ਬਲ ਸੀ ਇਹਦੇ ਕੋਲ, ਇੰਨਾ ਬਲ ਇਹਨੂੰ ਦੋ ਸ਼ਖਸ਼, ਇਤਿਹਾਸ 'ਚ ਲਿਖਿਆ ਦੋ ਸਰੀਰ ਇਹਨੂੰ ਹਰਾ ਸਕਦੇ ਸਨ, ਖਾਲੀ ਦੋ ਬਸ, ਬਾਕੀ ਇਹਨੂੰ ਕੋਈ ਨਹੀਂ ਹਰਾ ਸਕਦਾ ਸੀ, ਕੋਈ ਨਹੀਂ ਜੰਮਿਆ ਜਿਹੜਾ ਇਹਨੂੰ ਹਰਾ ਸਕਦਾ ਸੀ। ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਅਤੇ ਦੂਜਾ ਭਾਈ ਬਿਧੀ ਚੰਦ ਜੀ। ਭਾਈ ਬਿਧੀ ਚੰਦ ਜੀ ਦੇ ਵਿੱਚ ਵੀ ਬਾਹੂਬਲ ਬਹੁਤ ਸੀ, ਇਹ ਅਗਰ ਹਾਰਦਾ ਸੀ ਤਾਂ ਭਾਈ ਬਿਧੀ ਚੰਦ ਜੀ ਕੋਲੋਂ ਅਤੇ ਜਾਂ ਗੁਰੂ ਹਰਗੋਬਿੰਦ ਸਾਹਿਬ ਕੋਲ। ਇੱਥੇ ਤੱਕ ਲਿਖਿਆ ਕਿ ਇੰਨਾ ਬਾਹੂਬਲ ਸੀ ਇਹਦੇ ਅੰਦਰ ਕਿ ਕੋਈ ਘੋੜਸਵਾਰ, ਕੋਈ ਘੋੜਸਵਾਰ ਜਿਹੜਾ ਘੋੜੇ 'ਤੇ ਬੈਠਾ, ਘੋੜੇ ਸਮੇਤ ਉਸ ਸਵਾਰ ਨੂੰ ਚੁੱਕ ਕੇ ਧਰਤੀ 'ਤੇ ਪਟਕ ਦਿੰਦਾ ਸੀ, ਇੰਨਾ ਬਲ ਸੀ। ਇੰਨਾ ਮਹਾਰਾਜ ਨੇ ਪਰਵਰਿਸ਼ ਕੀਤੀ ਉਸ ਬੱਚੇ ਦੀ। ਵੱਡਾ ਹੋਇਆ,
ਆਪਣੇ ਹੱਥੀ ਇਹਦਾ ਵਿਆਹ ਕੀਤਾ, ਨਿਕਾਹ ਕੀਤਾ, ਨਿਕਾਹ ਕਰਕੇ ਇਹਨੂੰ ਘਰ ਬਾਰ ਦਿੱਤਾ, ਇਹਦੀ ਤਨਖਾਹ ਸੋਹਣੀ ਮੁਕਰਰ ਕੀਤੀ। ਇੰਨਾ ਸਾਧ ਸੰਗਤ ਉਪਕਾਰ ਕੀਤਾ, ਇੰਨਾ ਉਪਕਾਰ ਇਹਦੇ 'ਤੇ ਧਿਆਨ ਦਿਓ। ਕਹਿੰਦੇ ਇੱਕ ਦਿਨ ਦਰਬਾਰ ਸਜਿਆ ਸੀ ਅਤੇ ਇੱਕ ਸਿੱਖ ਗੁਰੂ ਦੇ ਚਰਨਾਂ ਦੇ ਵਿੱਚ ਇਹਨੇ ਕੁਝ ਚੀਜ਼ਾਂ ਭੇਟ ਕੀਤੀਆਂ। ਬੜਾ ਫੁਰਤੀਲਾ ਘੋੜਾ, ਬੜਾ ਹੀ ਸੋਹਣਾ ਜੋੜਾ, ਬੜਾ ਤੇਜ ਧਾਰ ਖੰਡਾ, ਤਿੰਨ ਚੀਜ਼ਾਂ ਹੋ ਗਈਆਂ, ਅਤੇ ਇੱਕ ਬੜਾ ਹੀ ਫੁਰਤੀਲਾ ਬਾਜ, ਆਖੋ ਸਤਨਾਮ, ਇਹ ਚਾਰ ਚੀਜ਼ਾਂ ਬੜੀਆਂ ਹੀ ਸੋਹਣੀਆਂ ਚਾਰੋਂ ਚੀਜ਼ਾਂ, ਜਿਹਨੂੰ ਵੇਖ ਕੇ ਚੰਗਾ ਚੰਗਾ ਮੋਹਿਤ ਹੋ ਜਾਂਦਾ ਸੀ। ਮਹਾਰਾਜ ਦੇ ਚਰਨਾਂ 'ਚ ਰੱਖਿਆ, ਪਾਤਸ਼ਾਹ ਬੜੇ ਪ੍ਰਸੰਨ ਹੋਏ। ਉਸੇ ਕਹਿਣ ਲੱਗਾ, ਪਾਤਸ਼ਾਹ ਤੁਹਾਡੇ ਦਸਵੰਧ ਵਿੱਚੋਂ ਇਹ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ, ਕਿਉਂਕਿ ਸਾਰਾ ਹੁਣ ਜੰਗ ਦਾ ਮਾਹੌਲ ਬਣਿਆ। ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਸਨ, ਤੁਹਾਨੂੰ ਪਤਾ, ਔਰ ਚਾਰੇ ਹੀ ਜਿੱਤੀਆਂ। ਕਹਿੰਦੇ ਕੋਈ ਜੰਗ ਦੇ ਮਾਹੌਲ ਬਣੇ ਅਤੇ ਸਾਰੀਆਂ ਚੀਜ਼ਾਂ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜਿਹੜਾ ਸਿੱਖ ਹੁਣ ਮੈਨੂੰ ਕੋਈ ਭੇਟਾ ਦੇਣਾ ਚਾਹੁੰਦਾ, ਸੋਹਣਾ ਘੋੜਾ ਦੇਵੇ ਅਤੇ ਭੇਟ ਕਰੇ, ਚੰਗੇ ਸ਼ਸਤਰ ਭੇਟ ਕਰੇ, ਚੰਗੀ ਜਵਾਨੀ ਭੇਟ ਕਰੇ। ਇਹ ਸਾਰੀਆਂ ਚੀਜ਼ਾਂ ਉਹ ਜਿਹੀਆਂ ਲੈ ਕੇ ਆਇਆ ਸੀ, ਘੋੜਾ, ਸੋਹਣਾ ਜੋੜਾ ਮਾਲਕ ਵਾਸਤੇ, ਬਾਜ, ਖੰਡਾ। ਜਦੋਂ ਮਾਲਕ ਦੇ ਅੱਗੇ ਰੱਖਿਆ, ਪਾਤਸ਼ਾਹ ਬਹੁਤ ਪ੍ਰਸੰਨ ਹੋਏ, ਬੜੀਆਂ ਖੁਸ਼ੀਆਂ ਦਿੱਤੀਆਂ। ਕਹਿੰਦੇ ਸਿੱਖਾ ਮੰਗ ਕੀ ਚਾਹੀਦਾ? ਕਹਿੰਦੇ ਪਾਤਸ਼ਾਹ ਅਖੀਰਲਾ ਸਵਾਸ ਆਵੇ ਨਾ, ਤੇ ਅਖੀਰਲੇ ਸਵਾਸ ਦੇ ਵਿੱਚ ਵੀ ਤੁਹਾਡੀ ਯਾਦ ਬਣੀ ਰਵੇ। ਆਖੋ ਸਤਨਾਮ, ਓ ਵਾਹੇ। ਵਾਹ ਵੇ ਸਿੱਖਾ, ਤੇਰੇ ਤੋਂ ਸਦਕੇ, ਤੇਰੇ ਤੋਂ ਸਦਕੇ। ਜੇ ਮੰਗਣਾ ਹੁੰਦਾ ਤੇ ਬਹੁਤ ਕੁਝ ਹੋਰ ਮੰਗ ਸਕਦਾ ਸੀ। ਕੀ ਚਾਹੀਦਾ ਜੀ? ਸੱਚਿਆ ਪਾਤਸ਼ਾਹ ਖੀਰਲਾ ਸਵਾਸ ਆਵੇ, ਉਸ ਸਵਾਸ 'ਚ ਤੇਰੀ ਯਾਦ ਹੋਵੇ, ਤੇਰੀ ਯਾਦ ਦੇ ਵਿੱਚ ਹੀ ਸਵਾਸ ਪੂਰੇ ਹੋਣ ਤੇ ਤੇਰੇ ਚਰਨਾਂ ਵਿੱਚ ਹੀ ਸਮਾ ਜਾਵਾਂ। ਗੁਸਤਨਾ ਸਾਹਿਬ ਉਹਦੀ ਮੰਗ ਤੋਂ ਵੀ ਬੜੇ ਪ੍ਰਸੰਨ ਹੋਏ, ਕਹਿੰਦੇ ਸ਼ਾਬਾਸ਼, ਉਹਨੂੰ ਭੁਗਤਾਇਆ। ਬਾਬਾ ਗੁਰਦਿੱਤਾ ਜੀ ਕੋਲ ਬੈਠੇ ਨੇ, ਉਹਨਾਂ ਨੇ ਬਾਜ ਵੇਖਿਆ ਤੇ ਸਾਹਿਬ ਨੂੰ ਕਹਿਣ ਲੱਗੇ, ਬਾਜ ਬੜਾ ਪਿਆਰਾ ਹੈ, ਬੜਾ ਹੀ ਫੁਰਤੀਲਾ ਬਾਜ, ਬੜਾ ਸੋਹਣਾ ਬਾਜ ਲੱਗਦਾ। ਸਾਹਿਬ ਪ੍ਰਸੰਨ ਹੋ ਗਏ ਤੇ ਕਹਿਣ ਲੱਗੇ, ਬਾਬਾ ਗੁਰਦਿੱਤਾ ਜੀ ਇਹ ਬਾਜ ਤੁਸੀਂ ਰੱਖ ਲਓ, ਅੱਗੋ ਸਤਨਾਮ, ਇਹ ਬਾਜ ਤੁਸੀਂ ਰੱਖ ਲਓ। ਹੁਣ ਬਾਕੀ ਰਹਿ ਗਿਆ ਤਿੰਨ ਚੀਜ਼ਾਂ। ਤੁਸੀਂ ਦੇਖੋ, ਭਰੇ ਦੀਵਾਨ ਦੇ ਵਿੱਚੋਂ ਪੈਂਦੇ ਖਾਂ ਨੂੰ ਆਵਾਜ਼ ਮਾਰੀ, ਕਹਿੰਦੇ ਪੈਂਦੇ ਖਾਂ ਜੀ ਮਹਾਰਾਜ ਇੱਧਰ ਆ, ਕੋਲ ਆ ਗਿਆ। ਮਾਲਕ ਨੇ ਵਸਤਰ ਦਿੱਤਾ, ਸੋਹਣੀ ਜਿਹੜੀ ਪੁਸ਼ਾਕ ਕੀਮਤੀ ਇੱਦਾਂ ਮਾਲਕ ਨੇ ਦਿੱਤੀ। ਕਹਿੰਦੇ ਆ ਲੈ ਹੁਣੇ ਪਾ ਕੇ ਦਿਖਾ ਮੈਨੂੰ। ਕਹਿੰਦੇ ਮਹਾਰਾਜ ਹੁਣੇ? ਕਹਿੰਦੇ ਹਾਂ, ਹੁਣੇ ਭਰੇ ਦੀਵਾਨ 'ਚ ਪਾ ਕੇ ਦਿਖਾ, ਮੈਂ ਦੇਖਾਂ ਤਾਂ ਸਹੀ ਮੇਰਾ ਪੈਂਦਾ ਖਾਂ ਕਿੱਦਾਂ ਲੱਗਦਾ ਹੈ। ਆਖੋ ਸਤਨਾਮ, ਮੇਰਾ ਪੈਂਦੇ ਖਾਂ ਕਿੱਦਾਂ ਲੱਗਦਾ। ਇੰਨੀ ਵਡਿਆਈ ਦੇ ਦਿੱਤੀ ਤੇ ਕਈ ਵਾਰੀ ਕਹਿੰਦੇ ਕੁੱਤੇ ਨੂੰ ਘਿਓ ਨਹੀਂ ਪਚਦਾ, ਬਸ ਉਹੀ ਗੱਲ ਹੋਈ, ਉਹੀ ਗੱਲ ਹੋਈ। ਜਦੋਂ ਪੁਸ਼ਾਕ ਪਾਈ, ਬੜੀ ਸੋਹਣੀ ਪੁਸ਼ਾਕ ਸੀ, ਪਾਤਸ਼ਾਹ ਨੇ ਖੰਡਾ ਦਿੱਤਾ, ਕਹਿੰਦੇ ਲੈ ਇਹ ਖੰਡਾ ਵੀ ਤੇਰਾ।
ਤੇ ਤੁਰਨ ਲੱਗਾ ਤੇ ਸਾਹਿਬ ਕਹਿਣ ਲੱਗੇ, ਕਹਿੰਦੇ ਰੁੱਖ ਪੈਂਦੇ ਖਾਂ, ਇਹ ਘੋੜਾ ਵੀ ਤੇਰਾ ਹੱਥ ਸਤਨਾਮ। ਪੋਸ਼ਾਕ ਵੀ ਦੇਤੀ, ਖੰਡਾ ਵੀ ਦੇ ਦਿੱਤਾ ਤੇ ਸਾਧ ਸੰਗਤ ਘੋੜਾ ਵੀ ਦੇ ਦਿੱਤਾ। ਇੰਨਾ ਪਿਆਰ ਕੀਤਾ, ਇੰਨਾ ਇੰਨਾ ਮਾਣ। ਪਰ ਉੱਧਰ ਕੀ ਹੋਇਆ, ਪੈਂਦੇ ਖਾਂ ਨੂੰ ਅੰਦਰ ਹੀ ਅੰਦਰ ਨਾ ਹੋਮੇ ਦਾ ਬੁਖਾਰ ਚੜ ਗਿਆ ਹੱਥ ਸਤਨਾਮ। ਕਹਿੰਦੇ ਮੇਰਾ ਬਾਹੂ ਬਲ ਹੈ, ਮੇਰੇ ਕੋਲ ਤਾਕਤ ਹੈ, ਕਿਉਂ ਨਾ ਕਾਇਲ ਹੋਣ, ਮੇਰੇ ਕਰਕੇ ਤਾਂ ਇਹਨਾਂ ਦੀ ਸੈਨਾ ਤਗੜੀ ਬੈਠੀ ਹੈ ਆਖੋ ਸਤਨਾਮ। ਤਾਂ ਹੀ ਮੈਨੂੰ ਰਿਝਾਉਂਦੇ ਪਏ, ਇੰਨੀਆਂ ਚੀਜ਼ਾਂ ਤਾਂ ਹੀ ਮੈਨੂੰ ਭਰੇ ਦੀਵਾਨ 'ਚ ਦੇ ਦਿੱਤੀ। ਬੜੇ ਬੜੇ ਹੋਰ ਤਗੜੇ ਤਗੜੇ ਸੈਨਿਕ ਬਾਬਾ ਜੀ ਦੇ ਕੋਲ ਬੈਠੇ, ਸਤਿਗੁਰ ਕੋਲ, ਵਿਧੀ ਚੰਦ ਜੀ ਵਰਗੇ ਹੋਰ ਸਾਰੇ, ਕਿਸੇ ਨੂੰ ਕੁਝ ਨਹੀਂ ਦਿੱਤਾ ਮੈਨੂੰ। ਇਹ ਬਸ ਹੋਮੇ ਦਾ ਬੁਖਾਰ ਚੜ ਗਿਆ ਜੀ, ਅਤੇ ਬਸ ਜਿਹਨੂੰ ਹੋਮੇ ਆ ਗਈ, ਕਹਿੰਦੇ ਹਰ ਜੀਓ ਹੰਕਾਰ ਨਾ ਭਾਵ ਜੀ, ਉਹਨੂੰ ਨਹੀਂ ਚੰਗਾ ਲੱਗਦਾ। ਇਹ ਘਰ ਗਿਆ, ਦਾਸ ਦੱਸਣਾ ਭੁੱਲ ਗਿਆ, ਜਦੋਂ ਇਹਦਾ ਵਿਆਹ ਹੋਇਆ ਸੀ, ਵਿਆਹ ਤੋਂ ਕੁਝ ਚਿਰ ਬਾਅਦ ਇਹਦਾ ਇੱਕ ਪੁੱਤਰ ਅਤੇ ਇੱਕ ਕੁੜੀ ਹੋਈ ਸੀ ਪੈਂਦੇ ਖਾਂ ਦੀ। ਛੋਟੀ ਉਮਰ ਦੇ ਵਿੱਚ ਹੀ ਆਪਣੀ ਕੁੜੀ ਦਾ ਇਹਨੇ ਵਿਆਹ ਕਰਤਾ, ਅਤੇ ਪੁੱਤਰ ਛੋਟਾ ਹੋਣ ਦੇ ਕਾਰਨ ਇਹਨੇ ਕੀ ਕੀਤਾ, ਜਵਾਈ ਨੂੰ ਅਸਮਾਨ ਖਾਨ, ਜਵਾਈ ਨੂੰ ਆਪਣੇ ਘਰ ਹੀ ਲਿਆਂਦਾ। ਹੁਣ ਇਹਦਾ ਜਵਾਈ ਇਹਦੇ ਕੋਲ ਰਹਿੰਦਾ ਸੀ ਪੈਂਦੇ ਖਾਂ ਕੋਲ, ਅਸਮਾਨ ਖਾਨ ਜਿਹਦਾ ਨਾਮ ਸੀ, ਉਹ ਪੈਂਦੇ ਖਾਂ ਕੋਲ ਹੀ ਰਹਿੰਦਾ ਸੀ। ਅੱਜ ਇਹ ਸਾਰੀਆਂ ਚੀਜ਼ਾਂ ਲੈ ਕੇ ਜਦੋਂ ਘਰ ਗਿਆ ਨਾ, ਜੋੜਾ ਪਾਇਆ ਹੋਇਆ ਫੁਰਤੀਲੇ ਘੋੜੇ ਦੇ ਉੱਪਰ ਤਗੜ ਤਗੜ ਕਰਦਾ ਜਾ ਰਿਹਾ, ਖੰਡਾ ਹੱਥ 'ਚ ਪਕੜਿਆ, ਜਾਂ ਘਰ ਪਹੁੰਚਿਆ ਉਤਰਿਆ, ਅਸਮਾਨ ਖਾਨ ਦੀ ਨਿਗਾਹ ਪਈ ਕਿਤੇ ਜਵਾਈ ਦੀ ਪੁਸ਼ਾਕ 'ਤੇ, ਮੋਹਿਤ ਹੋ ਗਿਆ, ਘੋੜੇ 'ਤੇ ਮੋਹਿਤ ਹੋ ਗਿਆ, ਖੰਡੇ 'ਤੇ ਮੋਹਿਤ ਹੋ ਗਿਆ। ਆਪਣੇ ਸਹੁਰੇ ਨੂੰ ਕਹਿਣ ਲੱਗਾ, ਪੈਂਦੇ ਖਾਂ ਨੂੰ ਕਹਿੰਦੇ, ਪਿਤਾ ਜੀ ਤੁਸੀਂ ਹੁਣ ਬਜ਼ੁਰਗ ਹੋ ਗਏ, ਆਹ ਇੰਨਾ ਸੋਹਣਾ ਜੋੜਾ ਤੁਹਾਡੇ 'ਤੇ ਨਹੀਂ ਫੱਬਦਾ, ਇਹ ਜਵਾਨਾਂ 'ਤੇ ਫੱਬਦਾ, ਇਹ ਮੈਨੂੰ ਦੇ ਦਿਓ। ਇਹ ਘੋੜਾ ਐਡਾ ਫੁਰਤੀਲਾ, ਜੇ ਤੁਹਾਨੂੰ ਸੁੱਟ ਸੱਟ ਦਿੱਤਾ ਐਵੇਂ ਹੱਡੀਆਂ ਤੋੜਾ ਬੈਠੋਗੇ, ਇਹ ਜਵਾਨਾਂ ਵਾਸਤੇ ਘੋੜਾ ਹੈ ਐਡਾ ਫੁਰਤੀਲਾ, ਇਹ ਮੈਨੂੰ ਦੇ ਦਿਓ। ਆਹ ਖੱਡਾ ਇੰਨਾ ਧਾਰਾ ਤਿੱਖਾ, ਇਹਦਾ ਇੰਨੀ ਧਾਰ ਤਿੱਖੀ, ਐਵੇਂ ਇੱਧਰ ਉੱਧਰ ਲੱਗ ਜਾਊਗੀ, ਮੈਨੂੰ ਦੇ ਦਿਓ। ਪੈਂਦੇ ਖਾਂ ਕਹਿਣ ਲੱਗਾ, ਬੇਟਾ ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਗੁਰੂ ਨੇ ਮੈਨੂੰ ਸੱਦ ਕੇ ਬਖਸ਼ਿਸ਼ ਦਿੱਤੀ, ਇਹ ਨਹੀਂ ਦੇ ਸਕਦਾ। ਅਸਮਾਨ ਖਾਨ ਨੂੰ, ਜਵਾਈ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਕਿ ਮੈਂ ਸਹੁਰੇ ਕੋਲੋਂ ਚੀਜ਼ ਮੰਗੀ, ਸਹੁਰੇ ਨੇ ਨਾ ਕਰ, ਇਹਨੇ ਘਰ 'ਚ ਬਵਾਲ ਖੜਾ ਕਰ ਦਿੱਤਾ। ਸੱਸ ਨੂੰ ਕਹਿਣ ਲੱਗਾ ਪੈਂਦੇ ਖਾਂ ਦੀ ਘਰਵਾਲੀ ਨੂੰ, ਕਹਿੰਦੇ ਜੇ ਮੈਨੂੰ ਸਹੁਰੇ ਨੇ ਆ ਚੀਜ਼ਾਂ ਨਹੀਂ ਦਿੱਤੀਆਂ, ਕਹਿੰਦੇ ਮੈਂ ਜ਼ਹਿਰ ਖਾ ਕੇ ਮਰ ਜੂੰਗਾ, ਤੁਹਾਡੀ ਧੀ ਬਰਬਾਦ ਹੋ ਜਾਏਗੀ। ਮੈਂ ਕਹਿੰਦਾ ਅੱਲਾ ਪਾਕ ਦੀ ਸਹੁੰ ਖਾ ਕੇ ਕਹਿੰਦਾ, ਇੱਦਾਂ ਦਾ ਉਹਨੇ ਕੋਈ ਪੈਂਤਰਾ ਵਰਤਿਆ, ਔਖੇ ਸੌਖੇ ਹੋ ਕੇ ਸਾਧ ਸੰਗਤ ਮਨਾ ਲਿਆ। ਪੈਂਦੇ ਖਾਂ ਨੇ ਉਹ ਜੋੜਾ ਵੀ, ਉਹ ਘੋੜਾ ਵੀ, ਉਹ ਖੰਡਾ ਵੀ ਉਹਨੂੰ ਦੇ ਦਿੱਤਾ। ਉਹ ਭੋਲਾ ਇਹ ਭੁੱਲ ਗਿਆ, ਗੁਰੂ ਦੀ ਬਖਸ਼ਿਸ਼ ਸੀ, ਤੈਨੂੰ ਮਿਲੀ ਹੈ, ਕਿਸੇ ਹੋਰ ਨੂੰ ਨਹੀਂ ਮਿਲੀ। ਪਰ ਗੁਰੂ ਦੀ ਪਰਵਾਹ ਕੀਤੇ ਬਿਨਾਂ ਉਹਨੇ ਇਹ ਕਦਮ ਚੱਕ ਲਿਆ। ਇੱਧਰ ਦੂਸਰੇ ਪਾਸੇ ਕੀ ਹੋਇਆ, ਬਾਬਾ ਗੁਰਦਿੱਤਾ ਜੀ ਬਾਜ ਲੈ ਕੇ ਸ਼ਿਕਾਰ ਖੇਡਣ ਨਿਕਲੇ। ਜਿੱਥੇ ਅਸਮਾਨ ਖਾਨ ਰਹਿੰਦਾ ਸੀ, ਪੈਂਦੇ ਖਾਨ ਦਾ ਘਰ ਸੀ,
ਉਸ ਇਲਾਕੇ ਦੇ ਵਿੱਚ ਆਏ ਤੇ ਜਦੋਂ ਬਾਜ ਪੈਂਦੇ ਖਾਨ ਦੇ ਘਰ ਦੇ ਨੇੜੇ ਕਿਧਰੇ ਉਹ ਫਿਰਦਾ ਸੀ, ਅਸਮਾਨ ਖਾਨ ਦੀ ਨਿਗਾਹ ਪੈ ਗਈ ਉਸ ਬਾਜ ਦੇ ਉੱਪਰ ਤੇ ਉਹਨੇ ਕੀ ਕੀਤਾ, ਬਾਜ ਨੂੰ ਬੰਦੀ ਬਣਾ ਲਿਆ, ਬਾਜ ਨੂੰ ਬੰਦੀ ਬਣਾ ਲਿਆ ਤੇ ਲੈ ਗਿਆ। ਹੁਣ ਸਿੱਖਾਂ ਨੇ ਬੜੀ ਭਾਲ ਕੀਤੀ, ਬੜੀ ਭਾਲ ਕੀਤੀ ਮਿਲੇ ਨੂੰ, ਇਹਦੇ ਘਰ ਵੀ ਆ ਕੇ ਪੁੱਛਿਆ, ਕਹਿੰਦੇ ਉਹ ਭਾਈ ਬਾਜ, ਕਹਿੰਦਾ ਜੀ ਮੈਨੂੰ ਨਹੀਂ ਪਤਾ। ਸਾਰਿਆਂ ਦੇ ਘਰ ਪੁੱਛ ਪੜਤਾਲ ਕੀਤੀ, ਬਾਜ ਕੀ ਪਤਾ ਲੱਗਾ। ਆ ਗਏ ਦਰਬਾਰ ਦੇ ਵਿੱਚ, ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ, ਕਹਿੰਦੇ ਪਾਤਸ਼ਾਹ ਬਈ ਬਾਜ ਉਸ ਏਰੀਏ ਦੇ ਵਿੱਚੋਂ ਗਾਇਬ ਹੋਇਆ। ਕਹਿੰਦੇ ਉਸ ਏਰੀਏ ਦੇ ਵਿੱਚ ਪੈਂਦੇ ਖਾਨ ਦਾ ਵੀ ਘਰ ਹੈ, ਹੋਰ ਵੀ ਘਰ। ਸਾਹਿਬ ਕਹਿਣ ਲੱਗੇ ਪੈਂਦੇ ਖਾਨ ਨੂੰ ਬੁਲਾਓ, ਦਰਬਾਰ ਦੇ ਵਿੱਚ ਪੈਂਦੇ ਖਾਨ ਨੂੰ ਬੁਲਾਓ। ਪੈਂਦੇ ਖਾਂ ਆ ਗਿਆ, ਹੁਣ ਧਿਆਨ ਦੇਣਾ ਸਾਸ ਲਗਤ, ਪੈਂਦੇ ਖਾਂ ਆ ਰਿਹਾ ਟਹਿਲਦਾ ਟਹਿਲਦਾ। ਜਦੋਂ ਆਇਆ ਨਾ ਤੇ ਮਹਾਰਾਜ ਮੁਸਕੁਰਾ ਕੇ ਕਹਿਣ ਲੱਗੇ, ਕਹਿੰਦੇ ਪੈਂਦੇ ਖਾਂ ਤੈਨੂੰ ਕਿਹਾ ਸੀ ਜਦੋਂ ਦਰਬਾਰ 'ਚ ਐਵੇਂ ਪੋਸ਼ਾਕ ਪਾ ਕੇ ਆਈ, ਤੈਨੂੰ ਕਿਹਾ ਸੀ ਤੂੰ ਪੋਸ਼ਾਕ 'ਚ ਬੜਾ ਸੋਹਣਾ ਲੱਗ ਰਿਹਾ, ਪੋਸ਼ਾਕ ਪਾ ਕੇ ਆਈ, ਕਿੱਥੇ ਆ ਪੋਸ਼ਾਕ? ਕਹਿੰਦਾ ਮਹਾਰਾਜ ਉਹ ਤਾਂ ਘਰ ਰਹਿ ਗਈ। ਕਹਿੰਦੇ ਮੈਂ ਤੈਨੂੰ ਕਿਹਾ ਸੀ ਉਸ ਘੋੜੇ ਦੀ ਹਮੇਸ਼ਾ ਸਵਾਰੀ ਕਰਨੀ, ਘੋੜਾ ਕਿੱਥੇ ਆ? ਕਹਿੰਦੇ ਮਹਾਰਾਜ ਘਰ ਰਹਿ ਗਿਆ। ਖੰਡਾ ਕਿੱਥੇ ਹੈ? ਕਹਿੰਦੇ ਮਹਾਰਾਜ ਘਰ ਰਹਿ ਗਿਆ। ਸੀਨਾ ਚੌੜਾ ਕਰਕੇ ਇਹ ਜਵਾਬ ਦੇ ਰਿਹਾ, ਅੱਗੋਂ ਦੇਖ ਲਓ ਅਕਿਰਤ ਕਣ ਬਣਨਾ ਸ਼ੁਰੂ ਹੋ ਚੁੱਕਾ, ਅਕਿਰਤ ਘਣੇ ਵੱਲ ਵੱਧਦਾ ਜਾ ਰਿਹਾ। ਸਾਹਿਬ ਕਹਿੰਦੇ ਦੱਸ ਬਾਜ ਕਿੱਥੇ ਹੀ? ਕਹਿੰਦੇ ਜੀ ਕਿਹੜਾ ਬਾਜ? ਕਹਿੰਦੇ ਜਿਹੜਾ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ ਸੀ, ਆਖੋ ਸਤਨਾਮ। ਕਹਿੰਦਾ ਮਹਾਰਾਜ ਮੈਨੂੰ ਕੀ ਪਤਾ ਬਾਜ ਕਿੱਥੇ? ਮੈਨੂੰ ਕੀ ਪਤਾ, ਤੁਸੀਂ ਤਾਂ ਮੇਰੇ ਇਲਜ਼ਾਮ ਲਾ ਰਹੇ ਹੋ, ਬਾਜ ਮੈਂ ਲਿਆ। ਸਾਹਿਬ ਨੇ ਬਿਧੀ ਚੰਦ ਜੀ ਨੂੰ ਕਿਹਾ, ਕਹਿੰਦੇ ਬਿਧੀ ਚੰਦ ਜੀ ਦੇ ਘਰ ਜਾਓ ਤੇ ਬਾਜ ਲੈ ਕੇ ਆਓ, ਆਖੋ ਸਤਨਾਮ, ਜਾਓ ਇਹਦੇ ਘਰੋਂ ਬਾਜ ਲੈ ਕੇ ਆਓ। ਬਿਧੀ ਚੰਦ ਕਹਿਣ ਲੱਗਿਆ ਮਹਾਰਾਜ ਸਤ ਵਜੋ, ਕੱਟ ਕੱਟ ਕੇ ਅੰਤਰ ਕੀ ਜਾਣਤ, ਕੱਟ ਕੱਟ ਕੇ ਅੰਤਰ ਕੀ ਜਾਣਤ। ਗੁਰੂ ਹਰਗੋਬਿੰਦ ਸਾਹਿਬ ਕੌਣ ਨੇ? ਕੱਟ ਕੱਟ ਕੇ ਅੰਤਰ ਕੀ ਜਾਣਤ, ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਕਹਿੰਦੇ ਜਦੋਂ ਬਿਧੀ ਚੰਦ ਜੀ ਘਰ ਆਏ, ਅਸਮਾਨ ਖਾਨ ਲੇਟਿਆ ਪਿਆ ਚਾਂਦਣ, ਔਰ ਲੇਟਿਆ ਪਿਆ ਉਹ ਜੋੜਾ ਪਾ ਕੇ, ਉਹ ਪੋਸ਼ਾਕ ਪਾ ਕੇ ਜਿਹੜੀ ਪੋਸ਼ਾਕ ਗੁਰੂ ਹਰਗੋਬਿੰਦ ਸਾਹਿਬ ਨੇ ਪੈਂਦੇ ਖਾਨ ਨੂੰ ਦਿੱਤੀ ਸੀ, ਪੋਸ਼ਾਕ ਪਾ ਕੇ ਸੁੱਤਾ ਪਿਆ, ਲੇਟਿਆ ਪਿਆ। ਭਾਈ ਬਿਧੀ ਚੰਦ ਜੀ ਹੈਰਾਨ, ਇੰਨੇ ਪੋਸ਼ਾਕ ਪਾਈ, ਅੱਡੇ 'ਤੇ ਦੇਖਿਆ ਬਾਜ, ਤਨ 'ਤੇ ਦੇਖਿਆ ਪੋਸ਼ਾਕ, ਬਾਹਰ ਘੋੜਾ ਖੜਾ। ਬਿਧੀ ਚੰਦ ਜੀ ਨੇ ਪੋਸ਼ਾਕ ਉਤਰਵਾਈ, ਪੋਸ਼ਾਕ ਲਈ, ਘੋੜਾ ਲਿਆ, ਖੰਡਾ ਲਿਆ, ਅਤੇ ਸਾਧ ਸੰਗਤ ਜਿਸ ਬਾਜ ਕਰਕੇ ਆ ਸਾਰਾ ਕੰਮ ਚੱਲ ਰਿਹਾ ਸੀ, ਬਾਜ ਲਿਆ ਅਤੇ ਪਹੁੰਚ ਗਏ ਮਹਾਰਾਜ ਦੇ ਹਜ਼ੂਰ 'ਚ। ਕਹਿੰਦੇ ਮਹਾਰਾਜ ਆ ਬਾਜ ਇਹਦੇ ਘਰੋਂ ਨਿਕਲਿਆ ਜੀ। ਸਾਹਿਬ ਕਹਿਣ ਲੱਗੇ, ਕਹਿੰਦੇ ਦੱਸ ਬਈ ਪੈਂਦੇ ਖਾਂ ਇਹ ਬਾਜ ਤੇਰੇ ਘਰੋਂ ਕਿੱਥੋਂ ਆਇਆ? ਕਹਿੰਦਾ ਮਹਾਰਾਜ ਮੈਨੂੰ ਕੀ ਪਤਾ। ਕਹਿੰਦਾ ਮਹਾਰਾਜ ਇਹ ਪੋਸ਼ਾਕ ਇਹਦੇ ਜਵਾਈ ਨੇ ਪਾਈ ਹੋਈ ਸੀ,
ਸਾਹਿਬ ਕਹਿਣ ਲੱਗੇ ਪੈਂਦੇ ਖਾਂ ਬੇਟਾ ਇਹ ਪੋਸ਼ਾਕ ਤੈਨੂੰ ਦਿੱਤੀ ਸੀ, ਇਹ ਬਖਸ਼ਿਸ਼ ਸੀ ਗੁਰੂ ਦੀ, ਦੂਜੇ ਦੇ ਤਨ 'ਤੇ ਕਿਵੇਂ? ਕਹਿੰਦੇ ਮਹਾਰਾਜ ਉਹਨੇ ਮੰਗੀ, ਜਵਾਈ ਹੈ ਮੇਰਾ ਦੇਤੀ ਮੈਂ, ਹੁਣ ਇਦਾਂ ਦੀ ਟੋਨ ਰੱਖ ਰਿਹਾ ਦੇਤੀ ਮੈਂ, ਅਕਿਰਤ ਘਣ ਬਣਦਾ ਪਿਆ। ਸਾਹਿਬ ਕਹਿਣ ਲੱਗੇ ਪੈਂਦੇ ਖਾਂ ਹੁਣ ਤੇਰਾ ਰਸਤਾ ਸਾਡੇ ਨਾਲੋਂ ਵੱਖ ਹੁੰਦਾ ਜਾ ਰਿਹਾ, ਆਖੋ ਸਤਨਾਮ, ਤੇਰਾ ਰਸਤਾ ਸਾਡੇ ਨਾਲੋਂ ਵੱਖ ਹੁੰਦਾ ਜਾ ਰਿਹਾ। ਕਹਿੰਦਾ ਜੇ ਵੱਖ ਹੁੰਦਾ ਜਾ ਰਿਹਾ ਫਿਰ ਵੱਖ ਕਰ ਦਿਓ, ਮੈਨੂੰ ਕੀ ਪਰਵਾਹ ਪਈ ਆ, ਵੱਖ ਕਰ ਦਿਓ। ਸਾਹਿਬ ਕਹਿੰਦੇ ਤੇਰੀ ਮਰਜ਼ੀ, ਤੋੜ ਦਿੱਤਾ। ਇਹ ਆ ਕੇ ਹੁਣ ਅੰਦਰ ਭਾਂਬਣ ਮੱਚਦੇ ਵੀ ਅੱਗ ਲੱਗੀ ਹੋਈ ਘਰਾਂ 'ਤੇ, ਕਹਿੰਦਾ ਸਾਰਿਆਂ ਦੇ ਅੱਗੇ ਮੇਰੀ ਬੇਇੱਜ਼ਤੀ ਕੀਤੀ, ਬੇਇੱਜ਼ਤੀ ਕੀਤੀ। ਇੱਥੇ ਧਿਆਨ ਦੇਣਾ, ਸਾਰਿਆਂ ਦੇ ਅੱਗੇ ਜਦੋਂ ਮਾਣ ਮਿਲਿਆ, ਮਾਣ ਮਿਲਿਆ, ਉਦੋਂ ਗੁਰੂ ਚੰਗਾ ਸੀ ਨਾ। ਅੱਜ ਜੇ ਤੁਸੀਂ ਗੁਰੂ ਨੇ ਸਾਰਿਆਂ ਦੇ ਅੱਗੇ ਚਲੋ ਮਾੜੀ ਜੀ ਕੋਈ ਗੱਲ ਕਹਿ ਦਿੱਤੀ, ਅੱਜ ਵੀ ਸਿੱਖਾ ਤੇਰੀ ਇਹੀ ਭਾਵਨਾ ਹੋਣੀ ਚਾਹੀਦੀ ਸੀ ਕਿ ਜੇ ਗੁਰ ਝਿੜਕੇ ਤਾਂ, ਅੱਜ ਵੀ ਗੁਰੂ ਚੰਗਾ ਹੀ ਹੈ, ਚੰਗਾ ਹੀ ਹੈ, ਪਰ ਹੋਇਆ ਕੁਝ ਹੋਰ। ਕਹਿੰਦੇ ਖਾਂ ਕਹਿਣ ਲੱਗਾ ਜਦ ਤੱਕ ਮੈਂ ਆਪਣੀ ਬੇਇੱਜ਼ਤੀ ਦਾ ਮੈਂ ਬਦਲਾ ਨਹੀਂ ਲੈ ਲੈਂਦਾ ਮੈਂ ਟਿਕ ਕੇ ਨਹੀਂ ਬੈਠਾਂ। ਇਹਨੇ ਕਰਤਾਰਪੁਰ ਦੇ ਏਰੀਏ 'ਚ ਸਾਰਾ ਜਿਹੜਾ ਪਠਾਣਾ ਦਾ ਏਰੀਆ ਸੀ ਉਸ ਵੇਲੇ ਪਠਾਣ ਇਕੱਠਰ ਕੀਤੇ, ਵਰਗਲਾਇਆ, ਭੜਕਾ ਕੇ ਸੈਨਾ ਇਕੱਠੀ ਕੀਤੀ ਤੇ ਇਹਨੇ ਦੇਖਿਆ ਇਸ ਸੈਨਾ ਦੇ ਨਾਲ ਤਾਂ ਗੁਰੂ ਦੇ ਨਾਲ ਮੁਕਾਬਲਾ ਨਹੀਂ ਕੀਤਾ ਜਾਣਾ। ਇਹਦੇ ਚਾਚੇ ਦਾ ਮੁੰਡਾ ਸੀ ਕੁਤਬ ਖਾਨ, ਜਲੰਧਰ ਦਾ ਸੂਬਾ ਸੀ, ਉਹਦੇ ਕੋਲ ਗਿਆ। ਕਹਿੰਦੇ ਏਦਾਂ ਮੈਨੂੰ ਗੁਰੂ ਨੇ ਧੱਕੇ ਮਾਰ ਕੇ ਬਾਹਰ ਕੱਢਿਆ, ਮੇਰੀ ਬੇਇੱਜ਼ਤੀ ਕੀਤੀ, ਕਹਿੰਦੇ ਆਪਾਂ ਬਦਲਾ ਲੈਣਾ, ਤੂੰ ਮੇਰੇ ਨਾਲ ਹੈ। ਇਤਿਹਾਸ 'ਚ ਲਿਖਿਆ ਇਸ ਕੁਤਬ ਖਾਨ ਨੇ ਇਹਦੇ ਚਾਚੇ ਦੇ ਮੁੰਡੇ ਨੇ ਸਮਝਾਇਆ, ਕਹਿੰਦੇ ਓਏ ਹਰਾਮ ਖੋਰਾ, ਤੂੰ ਇਹ ਤਾਂ ਦੇਖ ਕਿ ਗੁਰੂ ਨੇ ਤੇਰੇ ਲਈ ਕੀ ਕੀਤਾ, 14 ਸਾਲ ਦੀ ਉਮਰ ਦਾ ਤੂੰ ਸੀ, ਤੈਨੂੰ ਪਾਲ ਪੋਸ ਕੇ ਵੱਡਾ ਕੀਤਾ, ਤੇਰੇ 'ਤੇ ਇੰਨਾ ਧਿਆਨ ਦਿੱਤਾ, ਤੇਰੀ ਤਾਲੀਮ ਵਾਸਤੇ ਵੱਡੇ ਵੱਡੇ ਉਸਤਾਦ ਰੱਖੇ, ਇੰਨਾ ਕੁਝ ਤੇਰੇ ਲਈ ਕੀਤਾ, ਤਾਂ ਤੂੰ ਇੰਨਾ ਆਸਾਨ ਫਰਾਮੋਸ਼ ਹੋਣ ਲੱਗਾ, ਤੂੰ ਉਸ ਗੁਰੂ 'ਤੇ ਇਹ ਹਮਲਾ ਕਰਨਾ ਚਾਹੁੰਦਾ। ਕਹਿੰਦਾ ਮੈਨੂੰ ਦੱਸ ਤੂੰ ਮੇਰੇ ਨਾਲ ਹੈ ਕਿ ਤੇਰੀ ਵੀ ਸ਼ਿਕਾਇਤ ਮੈਂ ਜਾ ਕੇ ਲਾਹੌਰ ਦਰਬਾਰ ਲਾ ਦਿਆਂ ਕਿ ਇਹ ਵੀ ਗੁਰੂ ਦੇ ਨਾਲ ਮਿਲਿਆ ਹੋਇਆ। ਖੁਸ ਨਾਮ ਉਹਦੇ ਚਾਚੇ ਦਾ ਮੁੰਡਾ ਕਹਿਣ ਲੱਗਾ, ਲਾਹੌਰ ਦਾ ਸੂਬਾ ਸੀ, ਉਹ ਕਹਿਣ ਲੱਗਾ ਜੇ ਇਸ ਗੁਰੂ ਦਾ ਸਗਾ ਨਹੀਂ ਬਣਿਆ ਤਾਂ ਮੇਰਾ ਕੀ ਬਣੇਗਾ। ਕਹਿੰਦਾ ਫਿਰ ਚੰਗਾ ਹੋਵੇ ਇਹਦੇ ਨਾਲ ਹੀ ਮਿਲਾਂ। ਕਹਿੰਦੇ ਭਾਈ ਮੇਰੇ ਕੋਲ ਵੀ ਇੰਨੀ ਸੈਨਾ ਨਹੀਂ ਕਿ ਆਪਾਂ ਗੁਰੂ ਨਾਲ ਮੁਕਾਬਲਾ ਕਰੀਏ, ਚੱਲ ਲਾਹੌਰ ਦਰਬਾਰ, ਉੱਥੇ ਬਾਦਸ਼ਾਹ ਅੱਗੇ ਆਪਾਂ ਅਰਜ਼ੋਈ ਕਰਦੇ ਹਾਂ, ਉਹਨਾਂ ਕੋਲੋਂ ਆਪਾਂ ਮੰਗ ਮੰਗਦੇ ਹਾਂ। ਲਾਹੌਰ ਦਰਬਾਰ ਚਲੇ ਗਏ, ਸਾਰੀ ਗੱਲ ਦੱਸੀ। ਲਾਹੌਰ ਦਰਬਾਰ ਬਾਦਸ਼ਾਹ ਨੇ ਜਦੋਂ ਇਹ ਸਾਰੀ ਗੱਲ ਸੁਣੀ ਤਾਂ ਸੋਚਣ ਲੱਗਾ, ਕਹਿੰਦੇ ਹੁਣ ਗੱਲ ਬਣੀ, ਕਿਉਂਕਿ 3 ਜੰਗਾਂ ਅੱਗੇ ਹੋ ਚੁੱਕੀਆਂ ਸਨ, ਤਿੰਨੋਂ ਜੰਗਾਂ ਇਹ ਹਾਰੇ ਸਨ, ਗੁਰੂ ਜਿੱਤਿਆ ਸੀ, ਅਤੇ ਕਹਿੰਦੇ ਹੁਣ ਗੱਲ ਬਣੀ। ਕਹਿੰਦੇ ਘਰ ਦਾ ਭੇਦੀ, ਗੁਰੂ ਦੇ ਘਰ ਦਾ ਭੇਦੀ ਸਾਡੇ ਹੱਥ 'ਚ ਲੱਗ ਗਿਆ, ਹੁਣ ਗੱਲ ਬਣੇਗੀ। ਕਹਿੰਦੇ ਪੈਂਦੇ ਖਾਂ ਤੇਰੇ ਨਾਲ ਜਿੰਨੀ ਤੂੰ ਸੈਨਾ ਬੋਲੇਗਾ ਭੇਜੀ ਜਾ, ਤੂੰ ਸਾਨੂੰ ਰਿਪੋਰਟ ਦੇਣੀ, ਤੂੰ ਖੁਫੀਆ ਸਾਨੂੰ ਹਰ ਚੀਜ਼ ਦੱਸਣੀ ਕਿ ਗੁਰੂ ਦੀ ਤਾਕਤ ਕਿੱਥੋਂ ਕਮਜ਼ੋਰ ਹੈ, ਕਿਵੇਂ ਕਿਵੇਂ ਦੱਸੇਗਾ। ਕਹਿੰਦਾ ਜੀ ਮੈਂ ਨਾਲ ਖੜਾਂ। ਕਹਿੰਦੇ ਮੇਰੇ ਅੰਦਰ ਇੰਨਾ ਬਲ ਹੈ ਕਿ ਜਦੋਂ ਮੈਂ ਕਿਸੇ ਨੂੰ ਜੱਫਾ ਪਾ ਲਵਾਂ ਨਾ, ਔਰ ਇਹ ਸੱਚ ਗੱਲ ਸੀ,
ਉਹ ਜਿਹਨੂੰ ਜੱਫਾ ਪਾ ਲੈ ਨਹੀਂ ਛੁਡਾ ਸਕਦਾ ਸੀ। ਕਹਿੰਦੇ ਮਹਾਰਾਜ ਤੁਹਾਡਾ ਵਾਅਦਾ ਰਿਹਾ, ਜਾਂ ਜੀਂਦਾ ਜਾਂ ਮੁੜਦਾ, ਗੁਰੂ ਨੂੰ ਮੈਂ ਪਕੜ ਕੇ ਲਿਆਵਾਂਗਾ, ਜੱਫੇ ਦੇ ਵਿੱਚ ਤੁਹਾਡੇ ਅੱਗੇ ਪੇਸ਼ ਕਰਾਂਗਾ। ਆਖੋ ਸਤਨਾਮ। ਐਡਾ ਹਰਾਮ ਖੋਰ ਹੋ ਗਿਆ, ਆਖੋ ਸਤਨਾਮ, ਅਕਿਰਤ ਕਣ ਹੋ ਗਿਆ। ਕਹਿੰਦਾ ਜੀਂਦਾ ਜਾਂ ਮੁੜਦਾ, ਜੱਫੇ 'ਚ ਲੈ ਕੇ ਗੁਰੂ ਨੂੰ ਤੁਹਾਡੇ ਹਜ਼ੂਰ ਮੈਂ ਪੇਸ਼ ਕਰਾਂਗਾ, ਬਸ ਮੈਨੂੰ ਸੈਨਾ ਦਿਓ। ਬਾਦਸ਼ਾਹ ਨੇ ਕਿਹਾ ਮੈਨੂੰ ਮਨਜ਼ੂਰ ਹੈ। ਐਲਾਨ ਕੀਤਾ ਕੌਣ ਜਾਏਗਾ। ਉਦੋਂ ਲਾਹੌਰ ਦਰਬਾਰ ਦੇ ਵਿੱਚ ਕਾਲੇ ਖਾਂ ਬੈਠਾ ਸੀ। ਇਹਦਾ ਜਿਹੜਾ ਭਰਾ ਸੀ ਇਹ ਪਿਛਲੀਆਂ ਜੰਗਾਂ 'ਚ ਸ਼ਹੀਦ ਹੋਇਆ ਸੀ। ਇਹਨੂੰ ਮੌਕਾ ਮਿਲ ਗਿਆ, ਕਹਿੰਦਾ ਮੈਂ ਹੁਣ ਬਦਲਾ ਲੈਣਾ, ਮੈਨੂੰ ਬਦਲਾ ਲੈਣ ਦਾ ਮੌਕਾ ਮਿਲ ਗਿਆ। ਇਹ ਕਹਿੰਦਾ ਮਹਾਰਾਜ ਮੈਂ ਤਿਆਰ ਹਾਂ। ਇਹਦੇ ਨਾਲ ਸੈਨਾ ਦੇ ਕੇ ਭੇਜਤੀ ਗਈ। ਸਾਧ ਸੰਗਤ ਕਰਤਾਰਪੁਰ, ਇਹ ਸੈਨਾ ਸਾਰੀ ਇਕੱਠੀ, ਉਧਰੋਂ ਵਿਉਂਤਬੰਦੀ ਹੋ ਰਹੀ ਹੈ ਕੀ ਕੀਤਾ ਜਾਵੇ। ਆਪਣੇ ਇੱਕ ਬੰਦੇ ਨੂੰ ਭੇਜਿਆ ਗਿਆ, ਕਹਿੰਦਾ ਜਾ ਕੇ ਤੂੰ ਖੂਫੀਆ ਰਿਪੋਰਟ ਲੈ ਕੇ ਆ, ਕੀ ਤਿਆਰੀਆਂ ਚੱਲ ਰਹੀਆਂ ਉਹਨਾਂ ਦੀਆਂ। ਉਹਨਾਂ ਨੂੰ ਇਸ ਚੀਜ਼ ਦਾ ਇਲਮ ਹੈ ਗੁਰੂ ਨੂੰ ਕਿ ਜੰਗ ਅਸੀਂ ਕਰਨ ਆ ਰਹੇ ਹਾਂ ਐਡੀ ਸੈਨਾ ਲੈ ਕੇ। ਉਹ ਖੂਫੀਆ ਬੰਦਾ ਗਿਆ, ਪੂਰੇ ਮਾਰਕੀਟ 'ਚ ਘੁੰਮਿਆ, ਬਾਜ਼ਾਰਾਂ 'ਚ ਘੁੰਮਿਆ, ਮਹਿਲਾਂ 'ਚ ਘੁੰਮਿਆ, ਹਰ ਥਾਂ ਘੁੰਮਿਆ, ਆ ਕੇ ਰਿਪੋਰਟ ਦਿੰਦਾ ਜੀ ਉੱਥੇ ਤਾਂ ਸਾਰੇ ਬੇਖੌਫ ਬੈਠੇ ਨੇ, ਬੇਫਿਕਰ ਬੈਠੇ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਐਡੀ ਸੈਨਾ ਲੈ ਕੇ ਆਏ ਹਾਂ। ਕਹਿੰਦੇ ਬੜਾ ਵਧੀਆ ਮੌਕਾ ਹੈ, ਰਾਤ ਪਵੇ ਬੜਾ ਵਧੀਆ ਮੌਕਾ, ਸਵੇਰ ਚੜ੍ਹਦੇ ਹਾਂ ਹਮਲਾ ਕਰ ਦਿਓ। ਉਹ ਤਾਂ ਬੇਫਿਕਰ ਬੈਠੇ ਨੇ, ਹਮਲਾ ਕਰ ਦਿਓ, ਜਿੱਤ ਜਾਵਾਂਗੇ ਅਸੀਂ। ਸਾਧ ਸੰਗਤ, ਪਰ ਉਹਨਾਂ ਨੂੰ ਇਹ ਕੀ ਪਤਾ ਕਿ ਜਿਹਦੇ ਬਾਰੇ ਉਹ ਸੋਚਦੇ ਪਏ ਉਹ ਬੇਫਿਕਰ ਬੈਠਾ, ਉਹਨੂੰ ਇੱਕ ਇੱਕ ਜੀ ਦੀ ਫਿਕਰ ਹੈ। ਆਖੋ ਸਤਨਾਮ। ਜਿਹਨੂੰ ਕਹਿ ਰਹੇ ਨੇ ਬੇਫਿਕਰ ਬੈਠਾ, ਉਹਨੂੰ ਇੱਕ ਇੱਕ ਜੀ ਦੀ ਫਿਕਰ ਹੈ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜਿਵਾਲੈ। ਉਹਨੂੰ ਕੀ ਪਤਾ ਭੋਲੇ ਨੂੰ ਕਿ ਉਹ ਤਾਂ ਅੰਦਰ ਦੀਆਂ ਜਾਣਨ ਵਾਲਾ ਹੈ, ਉਹਦਾ ਅੰਦਰ ਦੀਆਂ। ਧਿਆਨ ਦੇਣਾ, ਦਾਸ ਛੋਟੀ ਗੱਲ ਕਰੇ ਤੇ ਸਮਾਪਤੀ ਵੱਲ ਆਵੇ। ਹਮਲੇ ਕੀਤੇ ਗਏ, ਜਦੋਂ ਹਮਲੇ ਕੀਤੇ ਤੇ ਸਾਧ ਸੰਗਤ ਉੱਧਰ ਤਿਆਰੀ ਪੂਰੀ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਪੂਰੀ ਤਿਆਰੀ, ਭਾਈ ਬਿਧੀ ਚੰਦ ਜੀ, ਹੋਰ ਸਿੱਖ ਬਾਬਾ ਗੁਰਦਿੱਤਾ ਜੀ ਤੇ ਹੋਰ ਸਾਰੇ ਸਿੱਖਾਂ ਨੂੰ ਅਲਰਟ ਕਰ ਦਿੱਤਾ ਗਿਆ। 500 ਦਾ ਜੱਥਾ, 700 ਦਾ ਜੱਥਾ, 900 ਦਾ ਜੱਥਾ ਸਿੱਖਾਂ ਦਾ ਤਿਆਰ ਪੇ ਤਿਆਰ ਹੈ। ਜਦੋਂ ਜੰਗ ਹੋਈ, ਸਾਧ ਸੰਗਤ ਉਧਰੋਂ ਵੀ ਗੋਲੀ ਸਿੱਕਾ, ਇਧਰੋਂ ਵੀ ਗੋਲੀ ਸਿੱਕਾ। ਹੁਣ ਗਲੀ ਮਹੱਲਿਆਂ ਦਾ ਭੇਦ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਜਿਹੜੇ ਉਧਰੋਂ ਆ ਰਹੇ ਸਨ, ਉਹ ਕਿਹੜੀ ਗਲੀ 'ਚ ਕਿਹੜਾ ਕਿੱਥੇ ਬੈਠਾ ਇਹਨਾਂ ਨੂੰ ਪਤਾ। ਇਸ ਚੀਜ਼ ਦਾ ਬੜਾ ਲਾਭ ਹੋਇਆ ਸਿੱਖਾਂ ਨੂੰ। ਇੰਨਾ ਗੋਲੀ ਬਾਰੂਦ ਚੱਲਿਆ ਸਾਧ ਸੰਗਤ ਕਿ ਜਿੱਥੇ ਵੀ ਕਾਲੇ ਖਾਂ ਦੇਖਦਾ ਸੀ ਉਹਦੇ ਹੀ ਸੈਨਾ ਦੇ ਬੰਦੇ ਲੋਥ ਦੀ ਲੋਥ ਨਜ਼ਰ ਆਉਂਦੀ, ਉਹਦੇ ਹੀ ਬੰਦੇ ਤੜਫਦੇ ਨਜ਼ਰ ਆਉਂਦੇ, ਉਹਦੇ ਹੀ ਬੰਦੇ ਧਰਤੀ 'ਤੇ ਧੇੜ ਨਜ਼ਰ ਆਉਂਦੇ। ਆਖੋ ਸਤਨਾਮ। ਹੁਣ ਪਛਤਾਉਣ ਲੱਗਾ, ਕਹਿੰਦਾ ਪੈਂਦੇ ਖਾਂ ਦੇ ਕਹੇ 'ਤੇ ਇੰਨਾ ਨੁਕਸਾਨ ਕਰਾ ਦਿੱਤਾ, ਹੁਣ ਕਿਉਂ ਨਾ ਹੋਵੇ। ਪੈਂਦੇ ਖਾਂ ਨੂੰ ਅੱਗੇ ਲਾ ਕੇ ਤੋਰੀਏ ਕਿ ਤੂੰ ਚੱਲ ਅੱਗੇ, ਤੂੰ ਚੱਲ। ਰਾਤੀ ਵਿਉਂਤ ਤਿਆਰ ਕੀਤੀ ਕਿ ਇੱਕ ਪਾਸੋਂ ਨਹੀਂ, ਹੁਣ ਚਾਰੋਂ ਪਾਸੋਂ ਘੇਰ ਕੇ ਗੁਰੂ 'ਤੇ ਹਮਲਾ ਕੀਤਾ ਜਾਵੇ। ਚਾਰੋਂ ਪਾਸੋਂ, ਚਾਰੋਂ ਪਾਸੋਂ ਤੋਂ ਘੇਰ ਲਿਆ, ਹਮਲਾ ਕਰਤਾ। ਅਤੇ ਜਿਸ ਪਾਸੋਂ ਤੋਂ ਸਾਧ ਸੰਗਤ ਪੈਂਦੇ ਖਾਂ ਆ ਰਿਹਾ ਸੀ ਨਾ, ਪੈਂਦੇ ਇਹ ਦਾਵਾ ਕਰਕੇ ਗਿਆ ਕਾਲੇ ਖਾਂ ਨੂੰ ਦਾਵਾ, ਕਹਿੰਦਾ ਮੈਨੂੰ ਸੈਨਾ ਤਗੜੇ ਬੰਦਿਆਂ ਦੀ ਦੇ,
ਕਹਿੰਦਾ ਤੇਰੇ ਨਾਲ ਵਾਅਦਾ ਕਰਕੇ ਜਾ ਰਿਹਾ, ਦਾਵਾ ਕਰਕੇ ਗਿਆ, ਕਹਿੰਦਾ ਗੁਰੂ ਨੂੰ ਜੱਫੇ 'ਚ ਪਾ ਕੇ ਤੇਰੇ ਕੋਲ ਮੈਂ ਹਾਜ਼ਰ ਕਰਾਂਗਾ, ਜੱਫੇ 'ਚ ਪਾ ਕੇ ਮੈਂ ਗੁਰੂ ਨੂੰ ਹਾਜ਼ਰ ਕਰਾਂਗਾ। ਕਹਿੰਦਾ ਤੇਰੇ ਨਾਲ ਮੇਰਾ ਵਾਅਦਾ ਰਿਹਾ। ਕਹਿੰਦਾ ਕਾਲੇ ਖਾਂ ਇਹ ਵਾਅਦਾ ਆ ਗਿਆ। ਹੁਣ ਜਦੋਂ ਆਇਆ ਨਾ ਤੇ ਮੇਰੇ ਗੁਰੂ ਜਾਣੀ ਜਾ ਸਾਹਿਬ ਆਪਣੇ ਸਿੱਖਾਂ ਨੂੰ ਬਾਨੇ ਸਿਰ ਆਪਣੇ ਤੋਂ ਦੂਰ ਕਰ ਦਿੱਤਾ। ਆਖੋ ਸਤਨਾਮ। ਬਾਨੇ ਸਿਰ ਗੁਰੂ ਨੇ ਆਪਣੇ ਸਿੱਖਾਂ ਨੂੰ ਦੂਰ ਕਰ ਦਿੱਤਾ ਕਿ ਇਕੱਲੇ ਮੈਂ ਹੋ ਜਾਵਾਂ। ਪੈਂਦੇ ਖਾਂ ਆਵੇ ਉਲਝੇ ਨਾ ਕਿਸੇ ਨਾਲ। ਜਦੋਂ ਪੈਂਦੇ ਖਾਂ ਕੰਧ ਟੱਪ ਕੇ ਅੰਦਰ ਆਇਆ ਤੇ ਸਾਹਮਣੇ ਗੁਰੂ ਖਲੋਤੇ। ਕਹਿੰਦਾ ਲੈ ਬਈ ਇਹ ਤਾਂ ਗੱਲ ਬਣ ਗਈ, ਗੁਰੂ ਇਕੱਲਾ, ਕੋਈ ਕੋਲ ਸਿੱਖ ਨਹੀਂ, ਸਿੱਖ ਤਾਂ ਵੈਸੇ ਭੇਜਦੇ ਇੱਧਰ ਉੱਧਰ ਕਰ। ਤੇ ਸਾਹਿਬ ਕਹਿਣ ਲੱਗੇ, ਕਹਿੰਦੇ ਪੈਂਦੇ ਖਾਂ ਜਿਹੜੀ ਸਹੁੰ ਚੱਕ ਕੇ ਆਇਆ ਮੈਂ ਤੇਰੀ ਸਹਾਇਤਾ ਕਰ ਰਿਹਾ, ਇਕੱਲਾ ਖੜਾ ਵਾਂ, ਕਰ ਵਾਰ। ਆਖੋ ਸਤਨਾਮ। ਕਰ ਵਾਰ। ਸਾਹਿਬ ਘੋੜੇ 'ਤੇ ਸਵਾਰ ਸਨ, ਉਹ ਵੀ ਟੱਪ ਕੇ ਜਦੋਂ ਆਇਆ ਉਹਨੇ ਵੀ ਘੋੜੇ 'ਤੇ ਸਵਾਰ ਆ ਕੇ ਹਮਲਾ ਪਹਿਲਾਂ ਕੀਤਾ। ਪਹਿਲਾ ਹਮਲਾ ਖਾਲੀ ਗਿਆ, ਦੂਜਾ ਹਮਲਾ ਖਾਲੀ ਗਿਆ, ਤੀਜਾ ਜਦੋਂ ਤਲਵਾਰ ਉਹ ਖੰਡਾ ਜਿਹੜਾ ਸੀ ਨਾ ਜਦੋਂ ਬੜੇ ਫੁਰਤੀਲੇ ਤਰੀਕੇ ਦੇ ਨਾਲ ਮਾਰਿਆ ਤੇ ਸਾਹਿਬ ਨੇ ਉਹ ਵੀ ਵਾਰ ਜਿਹੜਾ ਢਾਲ 'ਤੇ ਰੋਕਿਆ। ਢਾਲ ਦਾ ਜਿਹੜਾ ਫੁੱਲ ਸੀ ਉਹ ਤਾਂ ਗਿਆ ਟੁੱਟ, ਪਰ ਉੱਧਰ ਕੀ ਹੋਇਆ, ਉਹਦਾ ਖੰਡਾ ਵੀ ਟੁੱਟ ਗਿਆ, ਮੁੱਠ ਹੱਥ 'ਚ ਰਹਿ ਗਈ ਅਤੇ ਖੰਡੇ ਦਾ ਜਿਹੜਾ ਅਗਲਾ ਹਿੱਸਾ ਸੀ ਉਹ ਟੁੱਟ ਕੇ ਧਰਤੀ 'ਤੇ ਡਿੱਗ ਗਿਆ। ਹੁਣ ਪੈਂਦੇ ਖਾਂ ਨੇ ਹੱਥਾਂ ਇਹ ਘੋੜੇ ਤੋਂ ਉਤਰਿਆ, ਇਹਦੇ ਕੋਲ ਇੱਕ ਆਰਟ ਸੀ ਕਿ ਘੋੜੇ ਸਮੇਤ ਹੀ ਘੋੜੇ ਦੇ ਸਵਾਰ ਨੂੰ ਚੁੱਕ ਕੇ ਸੁੱਟ ਦੇਣਾ, ਇਹਦੇ ਕੋਲ ਕਲਾ ਸੀ। ਇਹਨੇ ਸੋਚਿਆ ਗੁਰੂ ਘੋੜੇ 'ਤੇ ਬੈਠਾ, ਘੋੜੇ ਸਮੇਤ ਹੀ ਚੱਕ ਦਿੰਦੇ। ਇਹਨੇ ਜਦੋਂ ਘੋੜੇ ਨੂੰ ਜੱਫਾ ਪਾਇਆ, ਚੱਕਣ ਦੀ ਕੋਸ਼ਿਸ਼ ਕੀਤੀ, ਗੁਰੂ ਦੇ ਹੱਥ 'ਚ ਢਾਲ ਸੀ, ਢਾਲ ਮਾਰੀ ਸਿਰ 'ਤੇ, ਇੰਨੀ ਜ਼ੋਰ ਦੀ ਢਾਲ ਮਾਰੀ ਸਿਰ ਪਾੜ ਗਿਆ ਇਹਦਾ, ਅੱਧ ਮੋਇਆ ਹੋ ਕੇ ਧਰਤੀ 'ਤੇ ਡਿੱਗਾ। ਜਾਂ ਧਰਤੀ 'ਤੇ ਡਿੱਗਣ, ਗੁਰੂ ਵੀ ਘੋੜੇ ਤੋਂ ਉਤਰੇ, ਧਰਤੀ 'ਤੇ ਬੇਸੁੱਧ ਪਿਆ। ਹੁਣ ਧਿਆਨ ਦੇਣਾ, ਦੁਸ਼ਮਣ ਬੇਸੁੱਧ ਪਿਆ ਤੇ ਕਿਹੜਾ ਛੱਡੇਗਾ, ਕੋਈ ਛੱਡਦਾ? ਗੁਰੂ ਇੱਦਾਂ ਹੀ ਕੋਲ ਖੜੇ ਨੇ, ਮੁਸਕਰਾ ਰਹੇ ਨੇ, ਉਹਦੇ ਉੱਠਣ ਦੀ ਉਡੀਕ ਕਰ ਰਹੇ। ਬੇਹੋਸ਼ੀ 'ਚ ਵਾਰ ਨਹੀਂ ਕੀਤਾ, ਬੇਹੋਸ਼ੀ 'ਚ ਵਾਰ ਨਹੀਂ, ਪਿੱਠ ਪਿੱਛੋਂ ਵਾਰ ਨਹੀਂ, ਬੱਚੇ ਇਸਤਰੀ ਔਰਤ 'ਤੇ ਵਾਰ ਨਹੀਂ। ਦੇਖ ਲਓ ਅਸੂਲ ਸੀਗੇ ਗੁਰੂ ਹਰਗੋਬਿੰਦ ਸਾਹਿਬ ਦੇ ਵੀ। ਸਾਧ ਸੰਗਤ ਉੱਠਣ ਦਾ ਇੰਤਜ਼ਾਰ ਕਰ ਰਹੇ, ਜਦੋਂ ਉਹਨੂੰ ਹੋਸ਼ ਆਈ ਸਾਹਮਣੇ ਦੇਖਦਾ ਗੁਰੂ ਖੜੇ। ਕਹਿੰਦੇ ਵਾਹ ਬਾਈ ਵਾਹ, ਇਹ ਤਾਂ ਗੱਲ ਬਣ ਗਈ, ਇਹ ਘੋੜੇ ਤੋਂ ਉਤਰ ਗਏ, ਹੁਣ ਤਾਂ ਜੱਫੇ 'ਚ ਲੈ ਸਕਦਾ। ਸਾਹਿਬ ਕਹਿਣ ਲੱਗੇ, ਕਹਿੰਦੇ ਪੈਂਦੇ ਖਾਂ ਬੇਟਾ ਤੂੰ ਤਿੰਨ ਵਾਰ ਕੀਤੇ, ਕੋਈ ਵਾਰ ਤੇਰਾ ਕਾਮਯਾਬ ਨਹੀਂ ਹੋਇਆ। ਕਹਿੰਦੇ ਚੱਲ ਹੁਣ ਮੈਂ ਵਾਰ ਕਰਕੇ ਦਿਖਾਉਣਾ ਕਿ ਵਾਰ ਕਿੱਦਾਂ ਹੁੰਦਾ। ਤੇ ਪੈਂਦੇ ਖਾਂ ਕਹਿੰਦਾ ਵਾਰ ਤਾਂ ਕਰੋਗੇ ਨਾ ਜੇ ਕਰਨ ਦਿਆਂਗਾ। ਕਹਿੰਦੇ ਮੈਂ ਘੁੱਟ ਕੇ ਜੱਫੇ 'ਚ ਲੈ ਲਾਂਗਾ, ਵਾਰ ਕੀ ਕਰੋਗੇ। ਕਹਿੰਦੇ ਭੱਜ ਕੇ ਆਉਣ ਲੱਗਾ ਜੱਫਾ ਪਾਉਣ ਲਈ, ਮਹਾਰਾਜ ਨੇ ਫੁਰਤੀ 'ਚ ਇੱਕੋ ਵਾਰ ਹੀ ਕੀਤਾ। ਸਾਧ ਸੰਗਤ ਬਸ ਸਰੀਰ ਉਹਦਾ ਚੀਰਦਾ ਹੀ ਗਿਆ, ਆਖੋ ਸਤਨਾਮ, ਚੀਰਦਾ ਹੀ ਗਿਆ ਤੇ ਧੜਮ ਕਰਦਾ ਧਰਤੀ 'ਤੇ ਜਾ ਡਿੱਗਾ। ਜਦੋਂ ਧਰਤੀ 'ਤੇ ਡਿੱਗਾ ਉਦੋਂ ਹਾਏ ਅੰਮਾ, ਹਾਏ ਅੰਮਾ, ਸਰੀਰ ਚੀਰਿਆ ਪਿਆ ਜਿੱਥੋਂ ਵਾਰ ਹੋਇਆ, ਹਾਏ ਅੰਮਾ, ਹਾਏ ਅੰਮਾ, ਉਹ ਮਰ ਗਿਆ, ਹਾਏ ਅੰਮਾ ਮਰ ਗਿਆ। ਪਾਤਸ਼ਾਹ ਕੋਲ ਆਏ,
ਸਿਰੇ ਦੀ ਧੁੱਪ ਪੈ ਰਹੀ ਸੀ ਸਿਰੇ ਦੀ। ਹੁਣ ਦੇਖੋ ਸਾਹਿਬ ਕਹਿਣ ਲੱਗੇ, ਕਹਿੰਦੇ ਪੈਂਦੇ ਖਾਂ ਅਖੀਰਲਾ ਸਵਾਸ ਹੈ ਤੇਰਾ, ਅਖੀਰਲਾ ਸਮਾਂ ਹੈ, ਅੰਮਾ ਨੂੰ ਯਾਦ ਨਹੀਂ ਕਰ, ਕਲਮਾ ਪੜ ਕਲਮਾ, ਅੱਲਾ ਨੂੰ ਯਾਦ ਕਰ ਅੱਲਾ ਨੂੰ, ਆਪਣਾ ਅੰਤਮ ਵੇਲਾ ਸੰਭਾਲ। ਹੁਣ ਪੈਂਦੇ ਖਾਂ ਨੇ ਜਦੋਂ ਇੰਨੀ ਗੱਲ ਸੁਣੀ ਕਿ ਮੈਂ ਇੰਨਾ ਕੁਝ ਕੀਤਾ, ਇੰਨਾ ਕੁਝ ਕੀਤਾ, ਤੇ ਗੁਰੂ ਹੁਣ ਵੀ ਮੈਨੂੰ ਇੰਨੇ ਪਿਆਰ ਦੇ ਨਾਲ ਉਪਦੇਸ਼ ਦੇ ਰਿਹਾ। ਜਦੋਂ ਧੁੱਪ ਪੈ ਰਹੀ ਨਾ ਸਿਰ 'ਤੇ, ਕੜਕਦੀ ਧੁੱਪ, ਤੇ ਮਹਾਰਾਜ ਨੇ ਕੀ ਕੀਤਾ, ਆਪਣੀ ਢਾਲ ਦੀ ਛਾਂ ਕਰ ਲਈ। ਆਖੋ ਸਤਨਾਮ, ਢਾਲ ਦੀ ਛਾਂ ਕਰ ਲਈ ਕਿ ਧੁੱਪ ਦੀਆਂ ਕਿਰਨਾਂ ਉਹਦੇ ਮੂੰਹ 'ਤੇ ਨਾ ਪੈਣ। ਅਕਿਰਤ ਕਣਾ ਤਾਂ ਕਰੇ ਉਧਾਰ, ਦੇਖ ਲਓ ਇਹ ਮੇਰਾ ਗੁਰੂ ਹੈ, ਧਿਆਨ ਦੇਣਾ ਆਹ ਗੁਰੂ ਘਰ ਹੈ। ਢਾਲ ਦੀ ਛਾਂ ਕਰ ਲਈ, ਜਦੋਂ ਪੈਂਦੇ ਖਾਂ ਨੇ ਦੇਖਿਆ ਗੁਰੂ ਨੇ ਢਾਲ ਦੀ ਛਾਂ ਕਰ ਲਈ, ਮੇਰੇ 'ਤੇ ਧੁੱਪ ਨਹੀਂ ਪੈਣ ਦੇ ਰਹੇ, ਉਹ ਬਾਹਰ ਨਿਕਲ ਆਈ। ਹੁਣ ਸਾਰਾ ਕੁਝ ਯਾਦ ਆ ਰਿਹਾ, ਉਹ ਕਿਵੇਂ ਗੁਰੂ ਨੇ ਮੇਰੀ ਪਰਵਰਿਸ਼ ਕੀਤੀ, ਕਿਵੇਂ ਗੁਰੂ ਮੈਨੂੰ ਲਾਡ ਲਡਾ ਕੇ ਖਿਡਾਉਂਦੇ ਸਨ, ਕਿਵੇਂ ਗੁਰੂ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦੇ ਸਨ, ਕਿਵੇਂ ਗੁਰੂ ਮੈਨੂੰ ਸ਼ਸਤਰ ਵਿਦਿਆ ਦੀ ਤਾਲੀਮ ਦਿੰਦੇ ਸਨ, ਗੁਰੂ ਨੇ ਮੇਰੇ ਲਈ ਕੀ ਨਹੀਂ ਕੀਤਾ। ਤੇ ਕਹਿੰਦਾ ਮੈਂ ਨਮਕ ਹਰਾਮ, ਮੈਂ ਗੁਰੂ ਦੇ ਨਾਲ ਕੀ ਕੀਤਾ। ਹੁਣ ਅੱਖਾਂ ਖੁੱਲ ਗਈਆਂ, ਹੁਣ ਅੱਖਾਂ ਖੁੱਲੀਆਂ। ਕਹਿੰਦਾ ਮੈਂ ਨਮਕ ਹਰਾਮ, ਮੈਂ ਗੁਰੂ ਦੇ ਨਾਲ ਕੀ ਕੀਤਾ, ਮੈਂ ਕੀ ਕੀਤਾ। ਹੁਣ ਅਥਰੂ ਨਿਕਲ ਰਹੇ, ਉਬਾ ਨਿਕਲ ਰਹੀ ਹੈ, ਅਥਰੂ ਨਿਕਲ ਰਹੇ, ਪਛਤਾਪ ਕਰ ਰਹੇ ਹੈ। ਪਛਤਾਪ, ਮੈਂ ਕੀ ਕੀਤਾ, ਮੈਂ ਸਾਰੀ ਜ਼ਿੰਦਗੀ ਦੀ ਖੂਹ ਖਾਤੇ ਪਾ ਦਿੱਤੀ, ਮੈਂ ਸਾਰੀ ਜ਼ਿੰਦਗੀ ਗੁਰੂ ਦੀ ਕੀਤੀ ਖੂਹ ਖਾਤੇ ਪਾ ਦਿੱਤੀ। ਹੱਥ ਜੋੜੇ ਕਹਿੰਦੇ ਸੱਚਿਆ ਪਾਤਸ਼ਾਹ ਮੈਨੂੰ ਬਖਸ਼, ਮੈਂ ਵੱਡਾ ਗੁਨਹਗਾਰ ਹਾਂ, ਅਕਿਰਤ ਗਾਣਾ ਹਾਂ, ਅਕਿਰਤ ਖਾਂਦਾ ਤੇਰਾ ਰਿਹਾ, ਪੀਣ ਦਾ ਤੇਰਾ ਰਿਹਾ, ਤੇਰੀਆਂ ਦਿੱਤੀਆਂ ਦਾਤਾਂ ਦੀ ਮੌਜ ਲੈਂਦਾ ਰਿਹਾ, ਪਰ ਤੇਰੇ ਖਿਲਾਫ ਖੜਾ ਹੋ ਗਿਆ। ਮੈਂ ਮੂਰਖ ਸਮਝ ਗਿਆ ਕਿ ਦਾਤੇ ਦੇ ਨਾਲ ਕੋਈ ਨਹੀਂ ਉਲਝ ਸਕਦਾ, ਮੈਂ ਮੂਰਖ ਉਲਝ ਬੈਠਾ, ਮੈਨੂੰ ਬਖਸ਼। ਸਾਹਿਬ ਕਹਿਣ ਲੱਗੇ ਇਹ ਚੀਜ਼ਾਂ ਛੱਡ ਪੈਂਦੇ ਖਾਂ, ਅਖੀਰਲੇ ਸਵਾਸ ਹੈ ਬੇਟਾ, ਕਲਮਾ ਪੜ ਲੈ, ਅੱਲਾ ਦਾ ਨਾਮ ਜਪ ਲੈ। ਆਉਂ ਮਹਾਰਾਜ ਦਾ ਹੱਥ ਫੜ ਕੇ, ਮਹਾਰਾਜ ਦਾ ਹੱਥ ਆਪਣੇ ਹੱਥ 'ਚ ਫੜ ਲਿਆ, ਕਹਿੰਦੇ ਮੇਰੇ ਸੱਚਿਆ ਪਾਤਸ਼ਾਹ, ਤੇਰਾ ਸੋਹਣਾ ਚਿਹਰਾ, ਤੇਰੇ ਸੋਹਣੀ ਮੂਰਤ ਦੇ ਦਿਦਾਰੇ ਹੀ ਮੇਰੇ ਲਈ ਕਲਮਾ ਨੇ। ਆਖੋ ਸਤਨਾਮ, ਅੱਜ ਅੱਖਾਂ ਖੁੱਲ ਗਈਆਂ। ਏਦਾਂ ਬਾਹ ਹੱਥ 'ਚ ਹੱਥ ਫੜ ਕੇ ਕਹਿੰਦੇ ਮੇਰੇ ਮਾਲਕ, ਮੇਰੇ ਅੰਨਦਾਤਾ, ਤੇਰੇ ਸੋਹਣੀ ਮੂਰਤ, ਤੇਰਾ ਸੋਹਣਾ ਚਿਹਰਾ ਹੀ ਮੇਰੇ ਲਈ ਕਲਮਾ ਨੇ। ਇੱਕ ਤਰਸ ਕਰ, ਇੱਕ ਤਰਸ, ਮੈਂ ਕਲਮਾ ਕਿਆ ਪੜਾ, ਤੂੰ ਮੇਰੇ ਕੋਲ ਏ, ਤੂੰ ਮੇਰੇ ਸਾਹਮਣੇ, ਮੈਨੂੰ ਨਰਕਾਂ ਦਾ ਕੋਈ ਡਰ ਨਹੀਂ। ਇੱਕ ਤਰਸ ਕਰਦੇ ਮੇਰੀ ਜਾਂਦਿਆਂ ਦੀ ਅਖੀਰਲੀ ਮੁਰਾਦ ਪੂਰੀ ਕਰਦੇ, ਮੈਂ ਮੰਗਣ ਲੱਗਾ ਖਾਲੀ ਨਾ ਤੋਰੀ, ਖਾਲੀ ਨਾ ਤੋਰੀ। ਤੇ ਸਾਹਿਬ ਕਹਿਣ ਲੱਗੇ ਪੈਂਦੇ ਖਾਂ, ਅੱਗੇ ਕਦੇ ਖਾਲੀ ਤੋਰਿਆ ਤੈਨੂੰ, ਉਹ ਤੂੰ ਤਾਂ ਮੇਰਾ ਐਡਾ ਪਿਆਰਾ ਹੈ, ਅੱਗੇ ਕਦੇ ਤੈਨੂੰ ਤੋਰਿਆ? ਕਹਿੰਦੇ ਬਸ ਮਾਲਕਾ ਅੱਜ ਵੀ ਨਾ ਤੋਰੀ, ਮੰਗ ਬੈਠਾ, ਕੀ ਮੰਗਦਾ? ਕਹਿੰਦੇ ਜਿਵੇਂ ਇੱਥੇ ਥਾਂ ਦਿੱਤੀ ਸੀ ਆ ਨਾ,
ਉੱਥੇ ਵੀ ਆਪਣਾ ਬਣਾ ਕੇ ਹੀ ਰੱਖੀ ਆਖੋ ਸਤਨਾਮ ਵਾਹਿਗੁਰੂ ਉੱਥੇ ਵੀ ਆਪਣਾ ਬਣਾ ਕੇ ਰੱਖੀ ਜਦੋਂ ਜਦੋਂ ਮੈਂ ਜਨਮ ਲਵਾਂ ਉਹ ਸਾਹਿਬਾ ਮੇਰਾ ਹਰ ਜਨਮ ਤੇਰੀ ਚਾਕਰੀ ਕਰਦਿਆਂ ਬਤੀਤ ਹੋਵੇ ਹਰ ਜਨਮ ਦੇ ਵਿੱਚ ਮੈਂ ਤੇਰਾ ਚਾਕਰ ਬਣਾ ਤੇਰਾ ਨੌਕਰ ਬਣਾ ਤੇਰਾ ਸੇਵਕ ਹੀ ਬਣਾ ਆਖੋ ਸਤਨਾਮ ਆ ਪਛਾਣ ਹੋ ਗਈ ਆ ਪਛਾਣ ਸਾਹਿਬ ਮੁਸਕਰਾਉਣ ਲੱਗੇ ਕਹਿੰਦੇ ਜਾ ਬੇਟਾ ਜੋ ਮੰਗਿਆ ਹੀ ਮਿਲੇਗਾ ਜਾ ਹੁਣ ਤੇਰਾ ਨਿਵਾਸ ਅੱਲਾ ਦੇ ਚਰਨਾਂ ਦੇ ਵਿੱਚ ਹੋਵੇ ਜਾ ਦੇਖੋ ਜਦੋਂ ਇੰਨੀ ਗੱਲ ਕਹੀ ਪੈਂਦੇ ਖਾਣੇ ਅੱਖਾਂ ਬੰਦ ਕਰ ਲਈ ਸਤਿਗੁਰ ਨੇ ਸੀਸ ਤੇ ਹੱਥ ਫੇਰਿਆ ਹੱਥ ਫੇਰ ਕੇ ਪਿਆਰ ਕੀਤਾ ਜਦੋਂ ਮੈਂ ਇੰਨੀ ਗੱਲ ਪੜ੍ਹੀ ਨਾ ਸਾਧ ਸੰਗਤ ਇੰਨੀ ਗੱਲ ਪੜ੍ਹੀ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਵਾਹ ਓਏ ਮੇਰੇ ਮਾਲਕਾ ਵਾਹ ਇੰਨਾ ਤੂੰ ਕੀਤਾ ਤੇ ਤੇਰੇ ਖਿਲਾਫ ਖੜਾ ਹੋ ਗਿਆ ਜਿਹੜਾ ਅਕਿਰਤ ਕਣ ਬਣ ਗਿਆ ਅਹਿਸਾਨ ਫਰਾਮੋਸ਼ ਹੋ ਗਿਆ ਨਮਕ ਹਰਾਮ ਬਣ ਗਿਆ ਅਗਰ ਉਹ ਵੀ ਤੇਰੀ ਸ਼ਰਨ 'ਚ ਆ ਗਿਆ ਉਹ ਤੂੰ ਉਹਨੂੰ ਵੀ ਬਖਸ਼ ਦਿੱਤਾ ਉਹਨੂੰ ਵੀ ਤੇ ਫਿਰ ਸਮਝ ਲੱਗ ਗਈ ਜੇ ਅਸੀਂ ਅਕਿਰਤ ਕਣ ਜੇ ਅਸੀਂ ਅਹਿਸਾਨ ਫਰਾਮੋਸ਼ ਨਮਕ ਹਰਾਮ ਅਸੀਂ ਵੀ ਸਾਹਿਬ ਦੇ ਚਰਨਾਂ 'ਚ ਆ ਕੇ ਡਿੱਗ ਜਾਵਾਂਗੇ ਕਿ ਸਾਨੂੰ ਗਲਵਕੜੀ ਨਾ ਨਹੀਂ ਲਾਏਗਾ ਨਹੀਂ ਲਾਏਗਾ ਜ਼ਰੂਰ ਜ਼ਰੂਰ ਲਾਏਗਾ ਮੇਰਾ ਗੁਰੂ ਅਸੀਂ ਵੀ ਕਿਰਤ ਕਣ ਹਾਂ ਨਮਕ ਹਰਾਮ ਹਾਂ ਗੁਰੂ ਦਾ ਦਿੱਤਾ ਖਾਂਦੇ ਹਾਂ ਆਪਣੇ ਨਾਮ ਦੇ ਡੰਕੇ ਵਜਾਉਂਦੇ ਹਾਂ ਗੁਰੂ ਦਾ ਦਿੱਤਾ ਖਾਂਦੇ ਹਾਂ ਆਪਣੇ ਨਾਮ ਦੇ ਡੰਕੇ ਵਜਾਉਂਦੇ ਹਾਂ ਨਮਕ ਹਰਾਮ ਹਾਂ ਅਸੀਂ ਵੀ ਗੁਰੂ ਦੇ ਚਰਨਾਂ 'ਚ ਡਿੱਗ ਜਾਈਏ ਔਰ ਜਿਸ ਦਿਨ ਗੁਰੂ ਦੇ ਚਰਨਾਂ 'ਚ ਡਿੱਗ ਜਾਏਗਾ ਗੁਰੂ ਤੈਨੂੰ ਵੀ ਪਿਆਰ ਕਰਕੇ ਮੱਥਾ ਚੁੰਮ ਕੇ ਤੇਰੇ ਵੀ ਲੇਖੇ ਪਾੜ ਦੇਗਾ ਆਖੋ ਸਤਨਾਮ